ਯੋ-ਯੋ ਹਨੀ ਸਿੰਘ ਦੇਸ਼ ਦੇ ਫੇਮਸ ਮਿਊਜ਼ਿਕ ਪ੍ਰੋਡਿਊਸਰ, ਸਿੰਗਰ ਅਤੇ ਰੈਪਰ ਨੇ। ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ, ਫੈਨਸ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਹਨੀ ਸਿੰਘ ਨੇ ਆਪਣੇ ਕਰੀਅਰ ਦੇ ਵਿੱਚ ਇੱਕ ਤੋਂ ਵੱਧ ਕੇ ਇੱਕ ਸੁਪਰਹਿੱਟ ਅਤੇ 4 ਬਸਟਰ ਗਾਣੇ ਦਿੱਤੇ ਨੇ। ਇਹਨਾਂ ਸੁਪਰਹਿੱਟ ਸੌਂਗਸ ਦੇ ਵਿੱਚੋਂ ਇੱਕ ਗਾਣਾ ਹੈ 4 ਬੋਤਲ ਵੋਡਕਾ। ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਹਨੀ ਸਿੰਘ ਨੇ ਇਸ ਗਾਣੇ ਦੇ ਪਿੱਛੇ ਦੀ ਕਹਾਣੀ ਸ਼ੇਅਰ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਹ ਗਾਣਾ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆਪਣੇ ਟੀਮ ਦੇ ਮੈਂਬਰਸ ਦੇ ਨਾਲ ਵੋਡਕਾ ਤੇ 4 ਬੋਤਲ ਪੀਣ ਤੋਂ ਬਾਅਦ ਲਿਖਿਆ ਸੀ। ਹਨੀ ਸਿੰਘ ਨੇ ਇਸ ਦੇ ਪਿੱਛੇ ਦੀ ਕਹਾਣੀ ਦੱਸਦੇ ਹੋਏ ਕਿਹਾ ਕਿ ਉਸ ਸਮੇਂ ਸ਼ਾਹਰੁਖ ਖਾਨ ਦੇ ਨਾਲ ਵਰਲਡ ਟੂਰ ਕਰ ਰਹੇ ਸੀ ਅਤੇ ਇਸੇ ਦੌਰਾਨ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਚੱਲ ਰਿਹਾ ਸੀ ਅਤੇ ਜਦੋਂ ਉਹਨਾਂ ਨੇ 4 ਬੋਤਲ ਵੋਡਕਾ ਗਾਣਾ ਸ਼ਾਹਰੁਖ ਖਾਨ ਨੂੰ ਸੁਣਾਇਆ ਤੇ ਸ਼ਾਹਰੁਖ ਖਾਨ ਨੇ ਕਿਹਾ ਕਿ ਤੈਨੂੰ ਇਸ ਗਾਣੇ ਦੇ ਲਈ ਗਾਲਾਂ ਪੈਣਗੀਆਂ। ਇਸ ਨਾਲ ਹੀ ਅੱਗੇ ਹਨੀ ਸਿੰਘ ਨੇ ਦੱਸਿਆ ਕਿ ਸਾਲ 2013 ਦੇ ਵਿੱਚ ਚੇਨਈ ਐਕਸਪ੍ਰੈਸ ਦੀ ਰਿਲੀਜ਼ ਤੋਂ ਬਾਅਦ ਸਿੱਖ ਕਮਿਊਨਿਟੀ ਦੇ ਮੈਂਬਰਸ ਨੇ ਉਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਦੇ ਉੱਤੇ ਅਸ਼ਲੀਲ ਗਾਣਿਆਂ ਨੂੰ ਬਣਾਉਣ ਦਾ ਆਰੋਪ ਲੱਗਿਆ ਸੀ। ਇਸ ਵਿੱਚ ਉਹਨਾਂ ਨੇ 4 ਬੋਤਲ ਵੋਡਕਾ ਗਾਣਾ ਸ਼ਾਹਰੁਖ ਖਾਨ ਨੂੰ ਸੁਣਾਇਆ ਅਤੇ ਇਸ ਨੂੰ ਸੁਣਨ ਤੋਂ ਬਾਅਦ ਸ਼ਾਹਰੁਖ ਖਾਨ ਨੇ ਹਨੀ ਸਿੰਘ ਨੂੰ ਜੋ ਕਿਹਾ, ਹਨੀ ਸਿੰਘ ਇਸ ਦੇ ਬਾਰੇ ਦੱਸਦੇ ਨੇ, ਮੈਂ ਸ਼ਾਹਰੁਖ ਸਰ ਨੂੰ ਗਾਣਾ ਸੁਣਾਇਆ ਅਤੇ ਉਹਨਾਂ ਨੇ ਮੈਨੂੰ ਕਿਹਾ, ਤੂੰ ਪਾਗਲ ਹੈ, ਕੀ ਗਾਣਾ ਬਣਾ ਰਿਹਾ, ਇਹ ਫਲੌਪ ਹੋਵੇਗਾ, ਗਾਲਾਂ ਪੈਣਗੀਆਂ ਤੈਨੂੰ। ਹਾਲਾਂਕਿ ਹਨੀ ਸਿੰਘ ਨੇ ਠਾਣ ਲਿਆ ਸੀ ਕਿ ਉਹ ਇਸ ਤਰ੍ਹਾਂ ਦਾ ਹੀ ਗਾਣਾ ਬਣਾਉਣਗੇ। ਹਨੀ ਸਿੰਘ ਨੇ ਦੱਸਿਆ ਕਿ ਇਸ ਟੂਰ ਦੇ ਦੌਰਾਨ ਉਹਨਾਂ ਨੇ 25,000-30,000 ਫੈਨਸ ਦੇ ਸਾਹਮਣੇ ਪਰਫਾਰਮ ਕੀਤਾ। ਹਾਲਾਂਕਿ ਇਸ ਦੌਰਾਨ ਲਗਭਗ 500 ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਪੁਤਲੇ ਜਲਾਏ ਸੀ, ਜਿਸ ਤੋਂ ਬਾਅਦ ਉਹ ਕਾਫੀ ਨਾਰਾਜ਼ ਅਤੇ ਹਰਟ ਮਹਿਸੂਸ ਕਰ ਰਹੇ ਸੀ। ਸ਼ੋਅ ਤੋਂ ਬਾਅਦ ਉਹ ਤੇ ਉਹਨਾਂ ਦੇ ਕੋਰੀਓਗ੍ਰਾਫਰ ਆਪਣੇ ਕਮਰੇ ਦੇ ਵਿੱਚ ਦਾਰੂ ਪੀਣ ਲੱਗ ਗਏ। ਇਸ ਦੌਰਾਨ ਉਹਨਾਂ ਨੇ 2.5 ਬੋਤਲਾਂ ਸ਼ਰਾਬ ਦੀਆਂ ਪੀਤੀਆਂ ਅਤੇ ਨਾਲ ਹੀ ਮਿਊਜ਼ਿਕ ਦੇ ਉੱਤੇ ਕੰਮ ਕਰਨ ਲੱਗ ਗਏ। ਉਹਨਾਂ ਨੇ ਕਿਹਾ ਕਿ ਇਸ ਗਾਣੇ ਨੂੰ ਬਣਾਉਣ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਡਿਸਾਈਡ ਕਰ ਲਿਆ ਕਿ ਇਸ ਗਾਣੇ ਨੂੰ ਬੱਚਿਆਂ ਦੇ ਲਹਿਜ਼ੇ ਦੇ ਵਿੱਚ ਹੀ ਉਹ ਬਣਾਉਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਗਾਣੇ ਨੂੰ ਬੱਚੇ ਦੇ ਲਹਿਜ਼ੇ ਦੇ ਵਿੱਚ ਗਾਉਣ ਦਾ ਡਿਸੀਜਨ ਲਿਆ, ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇ ਲੋਕ ਉਹਨਾਂ ਤੇ ਇਹ ਇਲਜ਼ਾਮ ਲਗਾ ਰਹੇ ਨੇ ਕਿ ਉਹ ਸੰਸਕ੍ਰਿਤੀ ਨੂੰ ਬਰਬਾਦ ਕਰ ਰਹੇ ਨੇ, ਤਾਂ ਇਹ ਉਹਨਾਂ ਲਈ ਇੱਕ ਬਹੁਤ ਹੀ ਕਰਾਰਾ ਜਵਾਬ ਹੋਵੇਗਾ, ਕਿਉਂਕਿ ਇਸ ਗਾਣੇ ਦੇ ਨਾਲ ਬੱਚਿਆਂ ਦੇ ਵਿੱਚ ਉਹਨਾਂ ਦੀ ਪਾਪੂਲੈਰਿਟੀ ਹੋਰ ਵੱਧ ਜਾਵੇਗੀ। ਹਨੀ ਸਿੰਘ ਨੂੰ ਜਦੋਂ ਉਹਨਾਂ ਦੇ ਗਾਣੇ ਬਲੂ ਹੈ ਪਾਣੀ ਪਾਣੀ ਦੀ ਕੰਪੋਜ਼ਿੰਗ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ 2 ਘੰਟੇ ਮਿਊਜ਼ਿਕ ਅਤੇ ਰਿਕਾਰਡਿੰਗ ਦੇ ਨਾਲ ਇਹ ਗਾਣਾ ਤਿਆਰ ਕਰ ਦਿੱਤਾ ਸੀ। ਇਹ ਮੇਰੇ ਕਰੀਅਰ ਦਾ ਲਿਖਿਆ ਹੋਇਆ ਹਜੇ ਤੱਕ ਦਾ ਸਭ ਤੋਂ ਸਟੂਪਿਡ ਗਾਣਾ ਹੈ। ਇਹ ਕੋਈ ਗਾਣਾ ਹੈ, ਅੱਜ ਬਲੂ ਹੈ ਪਾਣੀ ਪਾਣੀ ਐਂਡ ਦਿਨ ਹੈ ਸਾਨੀ ਸਾਨੀ, ਕੀ ਬਕਵਾਸ ਹੈ, ਸੱਚ ਦੱਸਾਂ ਤੇ ਇਹ ਸਾਰੇ ਗਾਣੇ ਦੇਖੋ, ਹੈ ਕੋਈ ਸਿਰ ਪੈਰ ਇਹਨਾਂ ਗਾਣਿਆਂ ਦਾ, ਗਾਣਾ ਹੈ ਬ੍ਰਾਊਨ ਰੰਗ, ਸਮਝ ਦੇ ਵਿੱਚ ਆਂਦਾ ਹੈ, ਤਰੀਕੇ ਦੇ ਨਾਲ ਲਿਖਿਆ ਹੋਇਆ ਹੈ। ਬਲੂ ਆਈਜ਼ ਦੀ ਵੀ ਤਾਰੀਫ ਹੋ ਰਹੀ ਹੈ, ਲੁੰਗੀ ਡਾਂਸ ਪਾਰਟੀ ਆਲ ਨਾਈਟ, ਕੀ ਹੈ ਇਹ ਗਾਣੇ, ਇਹ ਮੈਨੂੰ ਸਮਝ ਨਹੀਂ ਆਂਦੇ। ਹਨੀ ਸਿੰਘ ਨੇ ਅੱਗੇ ਇਹ ਵੀ ਕਿਹਾ, ਪਤਾ ਨਹੀਂ ਉਦੋਂ ਮੈਂ ਕੀ ਕਰ ਰਿਹਾ ਸੀ, ਲੋਕ ਮੈਨੂੰ ਸਿਰ ਦੇ ਉੱਤੇ ਬਿਠਾ ਰਹੇ ਸੀ, ਜਦੋਂ ਮੈਨੂੰ ਇਹ ਗਾਣਿਆਂ ਨੂੰ ਪਰਫਾਰਮ ਕਰਨਾ ਪੈਂਦਾ ਹੈ ਤੇ ਮੈਂ ਆਪਣੇ ਉੱਤੇ ਹੱਸਦਾ ਆ ਕਿ ਅੱਜ ਵੀ ਲੋਕ ਪਾਗਲ ਨੇ, ਹਜੇ ਵੀ ਇਹਨਾਂ ਗਾਣਿਆਂ ਦੇ ਉੱਤੇ ਨੱਚ ਰਹੇ ਨੇ, ਅੱਜ ਵੀ ਮੈਨੂੰ ਇਹਨਾਂ ਗਾਣਿਆਂ ਦੇ ਉੱਤੇ ਰੈਵਨਿਊ ਮਿਲ ਰਿਹਾ ਹੈ, ਬਸ ਸਾਊਂਡ ਵਧੀਆ ਸੀ ਇਸ ਕਰਕੇ ਇਹ ਗਾਣੇ ਚੱਲ ਪਏ। ਹਨੀ ਸਿੰਘ ਨੇ ਇੱਕ ਹੋਰ ਕਿੱਸਾ ਦੱਸਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਬਚਪਨ ਦੀ ਕਹਾਣੀ ਨੂੰ ਸ਼ੇਅਰ ਕੀਤਾ ਹੈ। ਹਨੀ ਸਿੰਘ ਨੇ ਕਿਹਾ, ਪੰਜਾਬੀ ਬਾਗ ਦੇ ਵਿੱਚ ਮੈਂ ਇੱਕ ਸਿੱਖ ਸਕੂਲ ਦੇ ਵਿੱਚ ਪੜ੍ਹ ਰਿਹਾ ਸੀ, ਮੈਂ ਸਕੂਲ ਦੇ ਵਿੱਚ ਤਬਲਾ ਵਜਾਉਂਦਾ ਸੀ, ਮੈਂ ਉਸ ਸਮੇਂ ਕੇਸ ਰੱਖੇ ਹੋਏ ਸੀ, ਮੇਰੇ ਉਸ ਸਮੇਂ ਡੈਡ ਲੌਕਸ ਬਣਨ ਲੱਗ ਗਏ ਸੀ, ਹਾਲਾਂਕਿ ਮੈਂ ਹਫ਼ਤੇ ਦੇ ਵਿੱਚ 3 ਦਿਨ ਕੇਸ ਸਨਾਨ ਕਰਦਾ ਸੀ, ਫਿਰ ਵੀ ਡੈਡ ਲੌਕਸ ਬਣਦੇ ਸੀ, ਹਫ਼ਤੇ ਦੇ ਵਿੱਚ 3 ਦਿਨ ਕੇਸ ਸਨਾਨ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ, ਮੰਮੀ ਡੈਡ ਲੌਕਸ ਕੱਟ ਦਿੰਦੇ ਸੀ ਅਤੇ ਮੇਰੀ ਜੂੜੀ ਛੋਟੀ ਹੋ ਗਈ ਸੀ, ਮੇਰਾ ਸਕੂਲ ਦੇ ਵਿੱਚ ਬਹੁਤ ਮਜ਼ਾਕ ਬਣਨ ਲੱਗ ਗਿਆ ਸੀ ਛੋਟੀ ਜੂੜੀ ਦੀ ਵਜ੍ਹਾ ਤੋਂ, ਅਤੇ ਇੱਕ ਦਿਨ ਮੈਂ ਬਹੁਤ ਰੋਇਆ ਅਤੇ ਮੰਮੀ ਨੂੰ ਕਿਹਾ ਕਿ ਮੇਰੇ ਕੇਸ ਕੱਟ ਦਿਓ, ਮੰਮੀ ਨੇ ਵੀ ਮੇਰੇ ਕੇਸ ਕੱਟ ਦਿੱਤੇ। ਅਗਲੇ ਦਿਨ ਜਦੋਂ ਮੈਂ ਅਸੈਂਬਲੀ ਦੇ ਵਿੱਚ ਰੁਮਾਲ ਬੰਨ੍ਹ ਕੇ ਖੜਾ ਹੋਇਆ ਤਾਂ ਪੂਰੀ ਅਸੈਂਬਲੀ ਰੈਡੀ ਸੀ, ਪ੍ਰਿੰਸੀਪਲ ਸਾਹਿਬ ਦਾ ਵੇਟ ਸੀ, ਜਿਸ ਤਰ੍ਹਾਂ ਹੀ ਪ੍ਰਿੰਸੀਪਲ ਸਾਹਿਬ ਆਏ ਉਹਨਾਂ ਨੇ ਮੈਨੂੰ ਦੇਖਿਆ ਅਤੇ ਇਸ਼ਾਰਾ ਕਰਕੇ ਜਾਣ ਨੂੰ ਕਿਹਾ।
ਹਨੀ ਨੇ ਅੱਗੇ ਕਿਹਾ ਕਿ ਉਸ ਸਮੇਂ ਮੈਂ 12 ਜਾਂ 13 ਸਾਲ ਦਾ ਸੀ। ਮੈਂ ਤਬਲਾ ਛੱਡ ਦਿੱਤਾ, ਮੈਂ ਦੀਨ ਧਰਮ ਸਭ ਕੁਝ ਛੱਡ ਦਿੱਤਾ ਅਤੇ 13 ਸਾਲ ਦੀ ਉਮਰ ਦੇ ਵਿੱਚ ਮੈਂ ਨਾਸਤਿਕ ਬਣ ਗਿਆ। ਹਾਲਾਂਕਿ ਹਜੇ ਹਨੀ ਸਿੰਘ ਨਾਸਤਿਕ ਨਹੀਂ ਹਨ। ਇਸੇ ਇੰਟਰਵਿਊ ਦੇ ਦੌਰਾਨ ਹਨੀ ਸਿੰਘ ਨੇ ਆਪਣੇ ਬਚਪਨ ਦੀ ਕਹਾਣੀ ਵੀ ਸ਼ੇਅਰ ਕੀਤੀ, ਕਿਸ ਤਰ੍ਹਾਂ ਉਹ ਨਾਸਤਿਕ ਬਣੇ ਇਸ ਦੇ ਬਾਰੇ ਵੀ ਦੱਸਿਆ ਅਤੇ ਕਿਸ ਤਰ੍ਹਾਂ ਉਹਨਾਂ ਦਾ ਗਾਣਾ 4 ਬੋਟਲ ਵੋਡਕਾ ਬਣਿਆ ਇਸ ਦੇ ਬਾਰੇ ਵੀ ਪੂਰੀ ਸਟੋਰੀ ਸ਼ੇਅਰ ਕੀਤੀ।